ਮਿੱਤਰੋ ਬੇਲੀਓ ਸੱਜਣੋ ਅੱਜ ਦਾ ਪ੍ਰੋਗਰਾਮ ਸੁੱਚੀਆਂ ਗੱਲਾਂ ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਅੱਜ ਅਸੀਂ ਸਾਈਂ ਅਖਤਰ ਲਾਹੌਰੀ ਦਾ ਕਲਾਮ ਤੁਹਾਡੇ ਸਾਹਮਣੇ ਰੱਖਾਂਗੇ, ਉਹਦੇ 'ਤੇ ਪ੍ਰਚਾਰ ਕਰਾਂਗੇ ਕਿ ਸਾਈਂ ਅਖਤਰ ਲਾਹੌਰੀ ਨੇ ਕੀ ਆਖਿਆ। ਸਾਈਂ ਅਖਤਰ ਆਉਂਦਾ, ਅੱਲਾ ਮੀਆਂ ਥੱਲੇ ਆ ਆਪਣੀ ਦੁਨੀਆ ਵਹਿੰਦਾ ਜਾ, ਜਾਂ ਅਸਮਾਨੋਂ ਰਿਜ਼ਕ ਵਧਾ ਜਾਂ ਫਿਰ ਕਰਜ਼ਾ ਮੁੱਕ ਮਕਾ, ਅੱਲਾ ਮੀਆਂ ਥੱਲੇ ਆ। ਤੈਨੂੰ ਧੀ ਵਿਆਹਣੀ ਪੈਂਦੀ, ਨਾਨਕੀ ਛੱਕ ਬਣਾਉਣੀ ਪੈਂਦੀ, ਰੁੱਸੀ ਭੈਣ ਮਨਾਉਣੀ ਪੈਂਦੀ, ਲੱਥ ਜਾਂਦੇ ਸਭ ਤੇਰੇ ਚਾ, ਅੱਲਾ ਮੀਆਂ ਥੱਲੇ ਆ। ਧੀਆਂ ਨੂੰ ਤੂੰ ਜੰਮਣੇ ਦਿੰਦੋ, ਕੁਰਮਾ ਦੇ ਤੂੰ ਤਾਨੇ ਸਹਿੰਦੋ, ਨਾਲ ਸ਼ਰੀਕਾਂ ਕਦੇ ਨਾ ਬਹਿੰਦੋ, ਮਿੱਟੀ ਜਾਂਦੀ ਕੱਪੜੇ ਖਾ, ਅੱਲਾ ਮੀਆਂ ਥੱਲੇ ਆ। ਤੇਰੇ ਘਰ ਨਾ ਦਾਣੇ ਹੁੰਦੇ, ਪਾਟੇ ਲੇਫ ਪੁਰਾਣੇ ਹੁੰਦੇ, ਉਹ ਕਮਲੇ ਲੋਕ ਸਿਆਣੇ ਹੁੰਦੇ, ਪਾ ਦਿੰਦੇ ਤੈਨੂੰ ਘਬਰਾ, ਅੱਲਾ ਮੀਆਂ ਥੱਲੇ ਆ। ਤੇਰਾ ਕੋਠਾ ਚੋਂਦਾ ਰਹਿੰਦਾ, ਬੁੱਝਦਾ ਰਹਿੰਦੋ ਉੱਠਦਾ ਬਹਿੰਦਾ, ਦਿਸਦਾ ਨਾ ਤੈਨੂੰ ਚੜ੍ਹਦਾ ਲਹਿੰਦਾ, ਉੱਗ ਪੈਂਦਾ ਹਰ ਪਾਸੇ ਘਾ, ਅੱਲਾ ਮੀਆਂ ਥੱਲੇ ਆ। ਤੇਰੀ ਮਾਂ ਤੇ ਪਿਓ ਨਾ ਹੁੰਦਾ, ਘਰ ਵਿੱਚ ਆਟਾ ਘਿਓ ਨਾ ਹੁੰਦਾ, ਜੋ ਤੂੰ ਚਾਹੁੰਦੋ ਉਹ ਨਾ ਹੁੰਦਾ, ਵਹਿੰਦਾ ਵਿਕਦੀ ਕਿਸ ਕਿਸ ਪਾ, ਅੱਲਾ ਮੀਆਂ ਥੱਲੇ ਆ। ਵੇਖ ਸ਼ੀਆ ਤੇ ਵਾਬੀ ਲੜ ਪਏ, ਸੁੰਨੀ ਡਾਂਗਾਂ ਲੈ ਕੇ ਚੜ ਪਏ, ਇੱਕ ਦੂਜੇ ਨੂੰ ਕਤਲ ਕਰੇਂਦੇ, ਆਖਣ ਸਾਡਾ ਇੱਕ ਖੁਦਾ, ਅੱਲਾ ਮੀਆਂ ਥੱਲੇ ਆ। ਵੇਖ ਧੀਆਂ ਲਈ ਮਾਪੇ ਮਰ ਗਏ, ਜਾਨ ਦੀ ਬਾਜ਼ੀ ਲਾ ਕੇ ਹਰ ਗਏ, ਇੱਜ਼ਤ ਦੇ ਘਰ ਸੁੰਝੇ ਕਰ ਗਏ, ਕਰ ਗਿਆ ਪਹਿਰੇਦਾਰ ਤਬਾਹ, ਅੱਲਾ ਮੀਆਂ ਥੱਲੇ ਆ। ਤੇਰੇ ਘਰ ਲਈ ਚੰਦਾ ਮੰਗਦੇ, ਡਰਦੇ ਲੋਕ ਨਾ ਕੋਲੋਂ ਲੰਘਦੇ, ਸਭ ਨੂੰ ਘਰ 'ਤੇ ਦੇ ਨਹੀਂ ਸਕਿਆ, ਆਪਣੇ ਘਰ 'ਤੇ ਆਪ ਬਣਾ, ਅੱਲਾ ਮੀਆਂ ਥੱਲੇ ਆ। ਨੇਕ ਮੁਹੰਮਦ ਕਿੱਧਰ ਜਾਵੇ, ਰੋਟੀ ਰਿਜ਼ਕ ਹਲਾਲ ਕਮਾਵੇ, ਤੇਰਾ ਹੁਕਮ ਤੇ ਤਈਬ ਰੋਜ਼ੀ, ਬਣ ਗਿਆ ਉਹਦੇ ਗਲ ਦਾ ਫਾ, ਅੱਲਾ ਮੀਆਂ ਥੱਲੇ ਆ। ਲਿਖਤ ਮਿਲੇ ਤੇ ਮੁੱਲਾਂ ਲੇਖੇ, ਪੱਜ ਸ਼ਰੀਅਤ ਪਾਨ ਭੁਲੇਖੇ, ਧੀ ਦਾ ਕੌਣ ਹਲਾਲਾ ਵੇਖੇ, ਆਪਣੇ ਜੁਰਮ ਦੀ ਦੇਣ ਸਜ਼ਾ, ਅੱਲਾ ਮੀਆਂ ਥੱਲੇ ਆ। ਮੁੱਲਾ ਕਾਜ਼ੀ ਢਿੱਡੋਂ ਖੋਟੇ, ਵੱਡੀ ਖਾ ਖਾ ਕੇ ਹੋ ਗਏ ਮੋਟੇ, ਸੱਚ ਆਖਾਂ ਤੇ ਮਾਰਨ ਸੋਟੇ, ਮਗਰੋਂ ਦਿੰਦੇ ਫਤਵੇ ਲਾ, ਅੱਲਾ ਮੀਆਂ ਥੱਲੇ ਆ। ਮਾੜੇ ਦੀ ਧੀ ਕੱਢ ਨਚਾਉਂਦੇ, ਖਲਕ ਨੂੰ ਇਸ ਦਾ ਨੰਗ ਵਿਖਾਉਂਦੇ, ਘਰ ਵਿੱਚ ਧੀਏ ਖੌਫ ਨਾ ਖਾਂਦੇ, ਮੌਲ ਨਾ ਕਰਦੇ ਸ਼ਰਮ ਹਯਾ, ਅੱਲਾ ਮੀਆਂ ਥੱਲੇ ਆ। ਆਖਣ ਜ਼ੁਲਮ ਦੀ ਰੱਸੀ ਲੰਬੀ, ਵਿੱਚ ਬਹਿਸ਼ਤੀ ਜਾਣਗੇ ਕੰਮੀ, ਦੇ ਕੇ ਤਗੜੇ ਸੋਚ ਨਕੰਮੀ, ਲੁੱਟ ਲੈਂਦੇ ਮਾੜੇ ਦੇ ਚਾ, ਅੱਲਾ ਮੀਆਂ ਥੱਲੇ ਆ। ਇਹ ਸੀ ਸਾਈਂ ਅਖਤਰ ਲਾਹੌਰੀ ਦਾ ਕਲਾਮ ਜਿਹਦੇ 'ਤੇ ਅਸੀਂ ਪ੍ਰਚਾਰ ਪਾਇਆ। ਹੁਣ ਮੈਨੂੰ ਇਜਾਜ਼ਤ ਦਿਵੋ ਅਤੇ ਆਪਣਾ ਬਹੁਤ ਜਿਹਾ ਖਿਆਲ ਰੱਖਿਓ, ਆਪਣਿਆਂ ਦਾ ਵੀ ਖਿਆਲ ਰੱਖਿਓ ਨਾਲ, ਅਤੇ ਮੈਨੂੰ ਇਜਾਜ਼ਤ ਦਿਵੋ। ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ, ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸੁੱਚੀਆਂ ਗੱਲਾਂ, ਅਤੇ ਕੱਲ੍ਹ ਕਿਸੇ ਨਵੇਂ ਟੌਪਿਕ 'ਤੇ ਕਿਸੇ ਨਵੇਂ ਸ਼ਾਇਰ ਦੀ ਗੱਲ ਤੁਹਾਡੇ ਸਾਹਮਣੇ ਰੱਖਾਂਗੇ। ਅੱਲਾ ਨਿਗਹਿਬਾਨ।